हरमन ते जर्मन ने लॉकडाउन खुल चुका वा। हरमन ते जर्मन की जोड़ी अजकल चर्चा दे विच आ, वड्डे वड्डे कलाकारां दे नाल अजकल गीत गा रहे ने, वड्डियां वड्डियां स्टेजां साझियां कर रहे ने, गलबात कर लैंदे आ। हरमन ते जर्मन नाल लुधियाणा दी रहिण वालियां ने, सो बहुत ही जिहड़ी आ पुअर फैमिली तो हैगियां ने, सो इन्हां ने अपनी मेहनत दे नाल इस घर नूं खड़ा कर दित्ता वा। सो इह घर जिहड़ा वा पहला कच्चा बालें वाला सी, कच्चियां इट्टां वाला सीगा, अज इन्हां दी मेहनत रंग लियाई तां इन्हां ने अज इह घर खड़ा कर लिता। उन्हां दे माता पिता वी साडे नाल मौजूद ने, उन्हां नूं वी असीं गलबात करांगे। सो हरमन ते जर्मन गलबात करदे आ। हरमन, की हाल आ तुहाडा? हांजी वधिया। ठीक हो? हांजी, तुसीं दस्सो? बस ठीक है जी। जर्मन, की हाल तुहाडा? हांजी वधिया। अच्छा, हरमन ते जर्मन नाम किस तरह, सही नाम है के नाम कुछ हो रहा है तुहाडे? नहीं नहीं, मेरा नाम हरमन ही है, इहदा नाम कविता है। इहदा नाम कविता है? हांजी। कविता तो जर्मन किदा? ਜਿੰਦਾ ਹਰਮਨ ਦੀ ਭੈਣ ਗਲੀ ਵਾਲੇ ਕਹਿਣ ਲੱਗ ਗਏ ਸੀ ਸਾਰੇ ਜਰਮਨ, ਉਸ ਤੋਂ ਬਾਅਦ ਜਰਮਨ ਪੈ ਗਿਆ। ਇਹ ਜਰਮਨ ਕਿਹਨੇ ਨਾਮ ਪਾਇਆ? ਇਹ ਜਰਮਨ ਮੱਲੇ ਵਾਲਿਆਂ ਨੇ, ਤੇ ਵੈਸੇ ਵੀ ਸਾਰੀ ਗੱਲ ਜਰ ਲੈਂਦੀ ਹੈ, ਹਰਮਨ ਹਰਮਨ ਵਿੱਚ ਵਸੇ ਜਰਮਨ ਇਹ ਗੱਲ ਜਰ ਲੈਂਦੀ ਹੈ। ਜਰਮਨ ਦੀ ਭੈਣ ਜਰਮਨ? ਹਾਂਜੀ, ਹਰਮਨ ਵੱਡੀ, ਹਰਮਨ ਜਰਮਨ, ਕਰਮਨ ਪਰਮਨ ਗੁਰਮਨ, ਅਸੀਂ ਪੰਜ ਕੋਣਾ ਜੀ ਨਾਲ, ਇਹ ਬਾਕੀ ਪੰਜ ਭੈਣਾਂ ਸਾਡੀਆਂ। ਅੱਛਾ, ਪੰਜ ਭੈਣਾਂ ਨੇ? ਪੰਜ ਭੈਣਾਂ, ਤਿੰਨ ਛੋਟੀਆਂ, ਦੋ ਵੱਡੀਆਂ। ਤੁਸੀਂ ਸਭ ਤੋਂ ਵੱਡੇ? ਹਾਂਜੀ, ਮੈਂ ਸਭ ਤੋਂ ਵੱਡੀ। ਬੜਾ ਮਾਣ ਮਹਿਸੂਸ ਕਰ ਰਿਹਾ ਪਰਿਵਾਰ ਕੀ, ਅੱਜ ਬੱਚੀਆਂ ਜਿਹੜਾ ਵਾ ਨਾਮ ਰੋਸ਼ਨ ਕਰ ਰਹੀਆਂ ਨੇ। ਹਾਂਜੀ ਹਾਂਜੀ। ਬੇਟੇ ਕਹਿੰਦੇ ਕਿ ਨਾਮ ਰੋਸ਼ਨ ਨਹੀਂ ਕਰ ਪਾਉਂਦੇ, ਪਰ ਬੇਟੀਆਂ ਨੇ ਨਾਮ ਰੋਸ਼ਨ ਕਰ ਦਿੱਤਾ। ਹਾਂਜੀ, ਇਹ ਸਾਰਿਆਂ ਦੀ ਬਲੇਸਿੰਗਸ ਨੇ। ਅੱਛਾ ਹਰਮਨ, ਇਹ ਕਿਸ ਤਰ੍ਹਾਂ ਮਨ ਚ ਆਇਆ ਕਿ ਇਹ ਗੀਤ ਜਿਹੜੇ ਆ ਗਾਏ ਜਾਣ, ਵੱਡੀ ਵੱਡੀ ਸਟੇਜਾਂ ਤੇ ਜਾਇਆ ਜਾਵੇ? ਸ਼ੌਂਕ ਸੀਗਾ ਪਹਿਲਾਂ? ਨਹੀਂ, ਹਾਂਜੀ ਇਹ ਸ਼ੌਂਕ ਹੀ ਸੀਗਾ, ਮਤਲਬ ਸ਼ੁਰੂ ਤੋਂ ਸ਼ੌਂਕ ਸੀਗਾ, ਪਰ ਇਹ ਨਹੀਂ ਸੋਚਿਆ ਸੀ ਕਿ ਅਸੀਂ ਸਟੇਜ ਵੀ ਲਾਵਾਂਗੇ। ਉਵੇਂ ਗਾਉਂਦੇ ਹੁੰਦੇ ਸੀਗੇ ਘਰੇ, ਜਿੱਦਾਂ ਘਰ ਵਿੱਚ ਸੰਗੀਤ ਦਾ ਮਾਹੌਲ ਸੀ, ਮੇਰੇ ਪਾਪਾ ਇੰਸਟਰੂਮੈਂਟ ਪਲੇਅਰ ਸੀ ਤੇ ਮੰਮਾ ਨੂੰ ਗਾਉਣ ਦਾ ਸ਼ੌਂਕ ਸੀਗਾ, ਤੇ ਅਕਸਰ ਮੰਮਾ ਨੇ ਗੁਣਗੁਣਾਈ ਜਾਣਾ, ਉਹਨਾਂ ਤੋਂ ਸਾਨੂੰ ਵੀ ਆਦਤ ਪੈ ਗਈ। ਪਹਿਲਾਂ ਤਾਂ ਅਸੀਂ ਗੋਡ ਗਿਫਟਡ ਗਾਉਂਦੇ ਸੀ, ਫਿਰ ਅਸੀਂ ਸਿੱਖਣ ਵੀ ਗਏ ਸੀਗੇ। ਜਦੋਂ ਅਸੀਂ ਸਿੱਖਣ ਗਏ ਤੇ ਉਹਨਾਂ ਨੇ ਆਪਣੀ ਸਾਨੂੰ ਫੀਸ ਹੀ ਨਹੀਂ ਦੱਸੀ ਕਿ ਅਸੀਂ ਵਾਪਸ ਆ ਗਏ, ਅਸੀਂ ਇੰਨੀ ਭਰ ਨਹੀਂ ਸੀ ਸਕਦੇ, ਅਸੀਂ 1.5 ਲੱਖ ਅਸੀਂ ਵਾਪਸੀ ਆ ਗਏ। ਉਹਨਾਂ ਨੇ ਕਿਹਾ ਕਿ 1.5 ਲੱਖ ਰੁਪਏ ਫੀਸ ਦੋ ਤਦ ਸਿਖਾਣਾ? ਹਾਂਜੀ, ਅਸੀਂ ਵਾਪਸੀ ਆ ਗਏ ਤੇ ਫਿਰ ਜਦੋਂ ਅੱਜ ਮਿਲਣਾ ਤਾਂ ਉਹ ਵੀ ਸੁਣਦੇ ਹੋਣਗੇ ਜਿਹਨੇ ਜਿਹਨਾਂ ਨੇ 1.5 ਲੱਖ ਮੰਗਿਆ ਸੀਗਾ, ਤੇ ਅੱਜ ਉਹ ਤੁਹਾਡੇ ਕੋਲ ਆਣ ਫਿਰਦੇ ਹੋਣੇ ਕਿ ਮੈਂ ਜਾਵਾਂ ਕਿਹੜੇ ਮੂੰਹ ਨਾਲ ਇਹਨਾਂ ਕੋਲ, ਸ਼ਾਇਦ ਹੁੰਦਾ ਹੋਵੇ ਏਦਾਂ, ਹੈਨਾ? ਹਾਂਜੀ, ਤੇ ਫਿਰ ਸਾਡੇ ਤਾਇਆ ਜੀ ਕੋਡ ਗਿਫਟ ਕਦੋਂ ਮਿਲ ਗਿਆ ਸੀਗਾ, ਕਿ ਪਹਿਲਾ ਗੀਤ ਕਦੋਂ ਗਾਇਆ? ਪਹਿਲਾ ਗੀਤ 4-5 ਸਾਲ ਦੀ ਉਮਰ ਸੀ ਜਦੋਂ ਗਾਇਆ ਸੀ, ਲਾਈਵ ਇਕੱਠੇ? ਹਾਂਜੀ, ਇਕੱਠਿਆਂ ਨਹੀਂ, ਲੋਕੋ ਨਾਇਕ ਹਰ ਗੁਜ਼ਾਰੋ ਤੀਆਂ ਕੁੱਖੇ ਦੇ ਵਿੱਚ ਨਾ ਮਾਰੋ। ਅੱਛਾ, ਪਹਿਲਾ ਗੀਤ ਸੀਗਾ ਤੁਹਾਡਾ? ਤੇ ਜਿਵੇਂ ਤੁਸੀਂ ਦੱਸਿਆ ਕਿ ਮੰਮੀ ਵੀ ਘਰ ਦੇ ਵਿੱਚ ਗੁਣਗੁਣਾਉਂਦੇ ਸੀਗੇ, ਮੰਮੀ ਕੋਈ ਪਿੱਛੇ ਬੈਕਗ੍ਰਾਉਂਡ ਕੋਈ ਸਿੰਗਰ ਵਾਲੀ? ਮੰਮਾ ਗਾਉਂਦੇ ਸੀਗੇ ਕਬਰਾਂ ਵਿੱਚੋਂ ਬੋਲ ਨੀ ਮਾਏ, ਦੁੱਖ ਸੁੱਖ ਧੀ ਨਾਲ ਬੋਲ ਨੀ ਮਾਏ, ਮਾਮੇ ਮੁੱਢਣੀ ਪੇਕੇ ਹੋਣਾ, ਪੇਕੇ ਹੁੰਦੇ ਮਾਮਾ ਨਾਲ, ਮੰਮਾ ਦੀ ਗੋਦੀ 'ਚ ਬੈਠ ਰਹਿਣਾ ਤੇ ਗੀਤ ਸੁਣੀ ਜਾਣਾ? ਹਾਂਜੀ, ਤੇ ਨਾਲ ਨਾਲ ਫਿਰ ਤੁਸੀਂ ਵੀ ਗਾਣਾ ਸ਼ੁਰੂ ਕਰਦੇ? ਹਾਂਜੀ ਹਾਂਜੀ, ਅਸੀਂ ਵੀ ਗਾਣਾ ਸਟਾਰਟ ਕਰਤਾ। ਤੇ ਅੱਜ ਉਮਰ ਕਿੰਨੀ ਹੋ ਗਈ ਹਰਮਨ ਜਰਮਨ ਦੀ? ਅੱਜ 15 ਸਾਲ ਤੇ ਇਹਦੀ 14 ਸਾਲ, ਮਤਲਬ 10 ਸਾਲਾਂ ਦੇ ਵਿੱਚ ਐਡੇ ਵੱਡੇ ਮੁਕਾਮ ਤੇ ਆ ਗਏ। ਹਾਂਜੀ, ਪੰਜਾਬ ਦੇ ਵਿੱਚ ਕਿੱਥੇ ਕਿੱਥੇ ਸਟੇਜ ਜਿਹੜੀ ਆ ਸਾਂਝੀ ਕੀਤੀ, ਕਿਹੜੇ ਕਿਹੜੇ ਕਲਾਕਾਰਾਂ ਨਾਲ ਸਾਂਝੀ ਕਰ ਚੁੱਕੇ ਆ? ਪੰਜਾਬ 'ਚ ਤਾਂ ਕਾਫੀ ਸਟੇਜ ਸ਼ੇਅਰ ਕੀਤੀ ਹੈ ਸਾਰੇ ਦੇ ਨਾਲ ਹੀ, ਪੰਜਾਬ ਦੇ ਜਿੰਨੇ ਵੀ ਸਿੰਗਰ ਨੇ, ਮਾਸਟਰ ਸਲੀਮ, ਫਿਰੋਜ਼ ਖਾਨ, ਦੁਰਗਾ ਰੰਗੀਲਾ, ਲਖਵਿੰਦਰ ਵਡਾਲਵੀ, ਨੂਰਾ ਸਿਸਟਰ, ਜੀ ਖਾਨ, ਸਾਜ, ਅਫਸਾਨਾ ਖਾਨ, ਸਾਰਿਆਂ ਦੇ ਨਾਲ ਬਲਰਾਜ ਭਾਜੀ, ਜੋੜੀਆਂ ਬਹੁਤ ਘੱਟ ਹੈਗੀਆਂ, ਨੂਰਾ ਸਿਸਟਰ ਨੇ ਜਾਂ ਕੁਛ ਹੋਰ ਜੋੜੀਆਂ ਹੋਣਗੀਆਂ, ਪਰ ਤੁਹਾਡੀ ਜੋੜੀ ਵੀ ਹੁਣ ਫੇਮਸ ਹੋਣ ਲੱਗ ਗਈ ਆ। ਜਦੋਂ ਸਟੇਜ ਤੇ ਜਾਂਦੇ ਹੋ ਤੇ ਕਲਾਕਾਰ ਕੀ ਆਵਾਜ਼ ਮਾਰਦੇ ਕਿ ਆਓ ਜੀ ਤੁਹਾਡੇ ਕੋਈ ਗੀਤ ਗਾਣਾ, ਜਾਂ ਲੋਕ ਤੁਹਾਨੂੰ ਕਹਿੰਦੇ ਕਿ ਇਹਨਾਂ ਕੋਈ ਹਰਮਨ ਤੇ ਜਰਮਨ ਕੋਈ ਗੀਤ ਸੁਣਾਓ ਜੀ? ਹਾਂਜੀ, ਅਸੀਂ ਜਦੋਂ ਜਾਗਰਣ ਕਰਨ ਜਾਈਦਾ ਪਹਿਲਾਂ ਤਾਂ ਲੋਕ ਹੈਰਾਨ ਹੀ ਹੋ ਜਾਂਦੇ, ਕਿਉਂਕਿ ਅਸੀਂ ਕੈਮਰੇ ਸਾਹਮਣੇ ਜ਼ਿਆਦਾ ਏਜ ਦੇ ਲੱਗਦੇ ਹਾਂ, ਪਰ ਇੰਨੀ ਏਜ ਨਹੀਂ ਹੈ, 15 ਸਾਲ ਤੋਂ 14 ਸਾਲ, ਉਹ ਦੇਖ ਕੇ ਹੈਰਾਨ ਹੋ ਜਾਂਦੇ ਕਿ ਇਹ ਜਗਰਾਤਾ ਸਾਰਾ ਸਾਂਭ ਲੈਣਗੀਆਂ, ਉਹਨਾਂ ਨੂੰ ਲੱਗਦਾ ਹੁੰਦਾ ਕਿ 1-2 ਭੇਟਾਂ ਗਾਉਣੀਆਂ ਨੇ ਬਸ, ਪਰ ਜਦੋਂ ਸੁਣਦੇ ਨਾ ਐਂਡ ਤੱਕ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਇਹ ਜਗਰਾਤਾ ਸਾਂਭ ਲੈਂਦੇ, 4-5 ਘੰਟੇ ਦਾ ਜਗਰਾਤਾ ਫਿਰ ਪੂਰਾ ਸਾਂਭ ਲੈਂਦੇ। ਹਾਂਜੀ ਹਾਂਜੀ, ਇਕੱਲੇ ਇਕੱਲੇ ਹੀ ਪੂਰੀਆਂ ਭੇਟਾਂ ਗਾ ਕੇ? ਪੂਰੀਆਂ ਭੇਟਾਂ ਗਾ ਕੇ। ਅੱਛਾ, ਜਿਹੜੀ ਉਹ ਪਹਿਲੀ ਭੇਟ ਤੋਂ ਆਪਾਂ ਸਟਾਰਟ ਕੀਤਾ ਸੀ ਕਿ ਮਾਈ ਜਿਹੜਾ ਲੋਕਡਾਊਨ ਖੁੱਲ ਗਿਆ, ਹੈਨਾ, ਤੇ ਉਹ ਕਿੱਦਾਂ, ਇਹ ਆਪ ਲਿਖੀ ਸਾਰੀ? ਹਾਂਜੀ, ਇਹ ਸਾਡੀ ਆਈ ਹੋਈ ਹੈ, ਲੋਕਡਾਊਨ ਖੁੱਲਿਆ। ਕੀ ਆਪ ਸੀਗੀ ਇਹ ਲਿਖੀ? ਰਾਈਟਰ ਨੇ ਸੀਗੀ ਬਿੱਟੂ ਪ੍ਰੀਤ ਜੀ, ਉਹਨਾਂ ਦੀ ਲਿਖੀ ਹੋਈ ਸੀਗੀ, ਤੇ ਜਦੋਂ ਇਹ ਰਿਕਾਰਡ ਕਰਵਾਈ ਸਭ ਤੋਂ ਜ਼ਿਆਦਾ ਫਰਮਾਇਸ਼, ਕਿਉਂਕਿ ਲੋਕਡਾਊਨ ਦਾ ਮਾਹੌਲ ਸੀ, ਉਦੋਂ ਨਵਾਂ ਨਵਾਂ ਖੁੱਲਿਆ ਸੀ, ਮੰਦਰ ਦੇ ਵਿੱਚ ਜਾਣ ਨਹੀਂ ਸੀ ਦਿੱਤਾ ਜਾਂਦਾ, ਇਹ ਉਸ ਬੇਸ ਤੇ ਭੇਟ ਲਿਖੀ ਸੀਗੀ ਉਹਨਾਂ ਨੇ, ਉਸ ਬੇਸ ਤੇ ਭੇਟ ਲਿਖੀ ਸੀ। ਹਾਂਜੀ, ਉਸ ਤੋਂ ਬਾਅਦ ਫਿਰ ਕਿਹੜਾ ਤੁਹਾਨੂੰ ਹੁਣ ਸਿੰਗਰ ਜਿਹੜਾ ਵਾ ਸਭ ਤੋਂ ਵਧੀਆ ਲੱਗਦਾ ਵਾ, ਕਿਹਦੇ ਗੀਤ ਜ਼ਿਆਦਾ ਸੁਣਦੇ ਤੁਸੀਂ ਜਾਂ ਤੁਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ? ਵੈਸੇ ਤਾਂ ਸਾਰੇ ਹੀ ਸਿੰਗਰ ਜਿੰਨੇ ਸਾਡੇ ਤੋਂ ਸੀਨੀਅਰ ਨੇ ਸਾਡੇ ਫੇਵਰੇਟ ਨੇ, ਪਰ ਜਿਹੜੇ ਜ਼ਿਆਦਾ ਸਾਡੇ ਫੇਵਰੇਟ ਨੇ ਫਿਰੋਜ਼ ਖਾਨ ਭਾਜੀ ਆ, ਸਰਦੂਲ ਸਿਕੰਦਰ, ਮਾਸਟਰ ਸਲੀਮ ਜੀ। ਫਿਰੋਜ਼ ਖਾਨ ਸਭ ਤੋਂ ਜ਼ਿਆਦਾ ਵਧੀਆ? ਹਾਂਜੀ, ਉਹਨਾਂ ਦੇ ਗਾਣੇ ਵਧੀਆ ਲੱਗਦੇ?
ਹਾਂਜੀ ਗਾਣੇ ਪੇਟਾਂ ਜਾਗਰਣ ਦੇ ਵਿੱਚ। ਹਰਮਨ ਤੁਸੀਂ ਗੱਲਾਂ ਬਹੁਤ ਕਰਦੇ ਹੋ, ਇਹ ਜਰਮਨ ਵਿਹਲੀ ਬੈਠੀ ਇਹ ਥੋੜਾ ਘੱਟ ਬੋਲਦੀ ਹੈ ਕਿਉਂਕਿ ਇਹਦੇ ਬੁਲਾ ਲਈਏ ਬੋਲੂਗੀ ਥੋੜਾ ਬਹੁਤ ਬੋਲੂਗੀ ਥੋੜਾ ਬਹੁਤ ਤਾਂ। ਚਲੋ ਜਰਮਨ ਕੀ ਹਾਲ ਹੈ ਤੁਹਾਡਾ? ਹਾਂਜੀ ਵਧੀਆ। ਅੱਛਾ ਪ੍ਰੋਬਲਮ ਤਾਂ ਮੈਨੂੰ ਪਤਾ ਲੱਗ ਗਈ ਕੀ ਹੈਗੀ ਆ, ਪਰ ਤੁਸੀਂ ਦੱਸ ਦਿਓ ਆਪ ਹੀ ਕੀ ਪ੍ਰੋਬਲਮ ਕੀ ਹੈਗੀ ਤੁਹਾਨੂੰ? ਮੇਰੇ ਨਾ ਨੈਕ ਤੇ ਪਸ ਵਾਲੀ ਰਸੋਲੀ ਹੋ ਗਈ ਸੀ, ਉਹਦੇ ਕਰਕੇ ਬਣ ਕੇ ਡਾਇਮੰਡਸ ਹੋ ਗਏ ਸੀ ਤੇ ਰਾਈਟ ਸਾਈਡ ਖੜ ਗਈ ਸੀ, ਇਸ ਕਰਕੇ ਥੋੜਾ ਘੱਟ। ਕਹਿੰਦੇ ਡਾਕਟਰਾਂ ਨੇ ਮਨਾ ਕੀਤਾ ਕਿ ਨਹੀਂ ਬੋਲਣਾ ਨਹੀਂ ਗਾਣਾ। ਹਾਂਜੀ ਪਰ ਫਿਰ ਵੀ। ਹਾਂਜੀ ਸਾਥ ਪੂਰਾ ਦਿੰਦੇ ਹੋ? ਹਾਂਜੀ। ਰਿਆਜ਼ ਤੁਹਾਡਾ ਆਵਾਜ਼ ਜਿਹੜੀ ਦੋਨਾਂ ਦੀ ਸੇਮ ਹੀ ਹੈ ਇੱਕ ਤਰ੍ਹਾਂ ਦੀ ਹੈਗੀ ਆ, ਕੋਈ ਸ਼ਬਦ ਇੱਧਰ ਉੱਧਰ ਵੀ ਨਹੀਂ ਹੁੰਦਾ ਤੁਹਾਡਾ? ਨਹੀਂ। ਪ੍ਰੈਕਟਿਸ ਕਰਦੇ ਘਰੇ? ਹਾਂਜੀ। ਕਿੰਨੀ ਦੇਰ ਪ੍ਰੈਕਟਿਸ ਕਰਦੇ? ਜਿੰਨੀ ਦੇਰ ਮਰਜ਼ੀ, ਜਦੋਂ ਵੀ ਰਸੋਈ ਚ ਵੀ ਜਾਂ ਕੋਈ ਕੰਮ ਕਰੀਏ ਜਾਂ ਕੋਈ ਘਰ ਦਾ ਕੰਮ ਕਰੀਏ, ਪ੍ਰੈਕਟਿਸ ਚੱਲਦੀ ਰਹਿੰਦੀ ਹੈ ਨਾਲ ਦੀ ਨਾਲ। ਇੱਕ ਗੀਤ ਆਪਾਂ ਹੋਰ ਜੇ ਸੁਣ ਲਈਏ ਤੁਹਾਡਾ ਇਕੱਠਿਆਂ ਦਾ, ਕੋਈ ਜੁਗਲਬੰਦੀ ਆਉਂਦੀ ਤੁਹਾਨੂੰ? ਜੁਗਲਬੰਦੀ ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਕਿ ਜੁਗਲਬੰਦੀ ਘੱਟ ਹੀ ਕਰਦੇ ਆ ਇਹਦੇ ਵੋਕਲ ਕਰਕੇ, ਪਰ ਫਿਰ ਵੀ ਤੁਹਾਨੂੰ ਸੁਣਾਉਂਦੇ ਆ। ਬੜਾ ਮਹਿੰਗਾ ਪੈ ਗਿਆ ਪਿਆਰੇ ਤੇਰਾ ਮਾਹੀ ਵੇ, ਬੜਾ ਮਹਿੰਗਾ ਪੈ ਗਿਆ ਪਿਆਰੇ ਤੇਰਾ ਮਾਹੀ ਵੇ, ਲੁੱਟ ਲਈ ਗਰੀਬ ਅੱਗੇ ਪਿੱਛੇ ਵੀ ਤੁਹਾਡਾ ਕੁਛ ਹੈਗਾ ਕਿ ਪਿੱਛੋਂ ਨੀ ਜਾਣਾ ਅੱਗੇ ਜਾਣਾ, ਇਹ ਕੀ ਸੀਗਾ ਪੂਰੀ ਗੱਲਬਾਤ? ਇਹ ਏਦਾਂ ਸੀਗਾ ਕਿਉਂਕਿ ਜਦੋਂ ਕਿਸੇ ਸਿੰਗਰ ਨੂੰ ਫੇਮ ਮਿਲ ਜਾਂਦੀ ਹੈ ਨਾ, ਉਸ ਤੋਂ ਬਾਅਦ ਉਹ ਪਬਲਿਕ ਨੂੰ ਨਹੀਂ ਪੁੱਛਦੇ ਹੈਗੇ ਨਾ, ਉਹ ਪਿੱਛੋਂ ਜਾਂਦੇ ਸਟੇਜ ਤੋਂ ਚੋਰੀ ਚੋਰੀ। ਹਾਂਜੀ ਹਾਂਜੀ ਪਿੱਛੇ ਚਲੇ ਜਾਂਦੇ ਆ, ਗਾਉਂਦੇ ਗਾਉਂਦੇ ਚਲੇ ਜਾਂਦੇ, ਪਤਾ ਵੀ ਨਹੀਂ ਲੱਗਦਾ ਕਦੋਂ ਸਿੰਗਰ ਚਲੇ ਗਿਆ, ਪੇਟ ਖਤਮ ਹੋ ਗਈ। ਤੇ ਸਾਡਾ ਏਦਾਂ ਨਹੀਂ ਹੁੰਦਾ, ਫੋਟੋ ਹੀ ਨਹੀਂ ਕਰਵਾਉਣ ਦਿੰਦੇ। ਕਾਫੀ ਸਿੰਗਰ ਤੁਸੀਂ ਦੇਖੇ ਹੋਣੇ ਲਾਈਵ ਸ਼ੋਅ ਚੋਂ ਹੀ ਭੱਜ ਜਾਂਦੇ ਆ, ਫੋਟੋ ਨਹੀਂ ਕਰਵਾਉਂਦੇ। ਵਿਚਾਰੀ ਪਬਲਿਕ ਆਡੀਅੰਸ ਫੋਟੋ ਕਰਾਉਣ ਨੂੰ ਬੇਤਾਬ ਹੁੰਦੀ ਹੈ ਤਾਂ ਵੀ, ਪਰ ਸਾਡੇ ਨਹੀਂ, ਅਸੀਂ ਚਾਹੇ ਲੇਟ ਹੁੰਦੇ ਹੋਈਏ ਪ੍ਰੋਗਰਾਮ ਤੋਂ, ਪਰ ਫੋਟੋ ਕਰਵਾ ਕੇ ਜਾਣਾ ਸਾਰਿਆਂ ਨਾਲ। ਆਣਾ ਵੀ ਅੱਗੇ ਤੇ ਜਾਣਾ ਵੀ ਅੱਗੇ, ਆਣਾ ਵੀ ਅੱਗੇ ਜਾਣਾ ਵੀ ਅੱਗੇ, ਚਾਹੇ ਜੋ ਮਰਜ਼ੀ ਹੋ ਜਾਵੇ ਜਾਣਾ ਅੱਗੇ ਹੋਈ ਆ। ਅੱਛਾ ਕਿਹੜਾ ਕਲਾਕਾਰ ਜਿਵੇਂ ਕਿ ਤੁਸੀਂ ਦੱਸਿਆ ਫਿਰੋਜ਼ ਖਾਨ ਪਸੰਦ ਹੈਗਾ ਵਾ, ਐਸੀ ਕਿਹੜੇ ਕਲਾਕਾਰ ਨਾਲ ਕੋਈ ਗੱਲਬਾਤ ਹੋਈ ਹੈ ਜਿਸ ਨੇ ਤੁਹਾਡੀ ਸਪੋਰਟ ਕੀਤੀ ਹੋਵੇ ਸਟੇਜ ਤੇ, ਤੁਹਾਡਾ ਮਾਨ ਵਧਾਇਆ ਹੋਵੇ ਪੂਰਾ? ਬਲਰਾਜ ਭਾਜੀ, ਵੈਸੇ ਤਾਂ ਸਾਰੇ ਹੀ ਸਪੋਰਟ ਕਰਦੇ ਨੇ ਜਿੰਨੇ ਵੀ ਸਿੰਗਰ ਨੇ, ਪਰ ਬਲਰਾਜ ਭਾਜੀ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ। ਕੀ ਗੱਲਬਾਤ ਹੋਈ ਸੀ, ਕੀ ਕਰਦੇ ਸੀਗੇ? ਜਦੋਂ ਇੰਟਰਵਿਊਜ਼ ਹੋਈਆਂ ਤੇ ਬਲਰਾਜ ਭਾਜੀ ਨੇ ਦੇਖਿਆ ਤੇ ਉਹਨਾਂ ਦਾ ਫੋਨ ਆਇਆ ਸੀ ਸਾਨੂੰ, ਉਸ ਤੋਂ ਬਾਅਦ ਸਾਨੂੰ ਇੱਥੇ ਲੁਧਿਆਣੇ ਲਾਈਵ ਸ਼ੋਅ ਸ਼ੇਅਰ ਕਰਨ ਦਾ ਮੌਕਾ ਮਿਲਿਆ ਸੀ। ਉਹਨਾਂ ਨੇ ਪਹਿਲਾਂ ਗਾਉਣਾ ਸੀ, ਅਸੀਂ ਬਾਅਦ ਚੋਂ ਗਾਉਣਾ ਸੀ, ਤੇ ਜਦੋਂ ਅਸੀਂ ਸਟੇਜ ਤੇ ਮਿਲੇ ਭਾਈ ਜੀ ਨੇ ਪੁੱਛਿਆ ਤੁਸੀਂ ਗਾ ਲਿਆ ਸੀਗਾ ਨਹੀਂ, ਤੁਹਾਡੇ ਤੋਂ ਬਾਅਦ ਗਾਉਣਾ ਆ, ਤੇ ਇਹਨਾਂ ਨੇ ਕਿਹਾ ਕਿ ਨਾ ਇਹ ਕੁੜੀਆਂ ਸੁਰੀਲੀਆਂ ਨੇ, ਮੈਂ ਇਹਨਾਂ ਦੀ ਇੰਟਰਵਿਊਜ਼ ਦੇਖਦਾ ਹੁੰਦਾ ਕਿ ਤੁਸੀਂ ਇਹਨਾਂ ਨੂੰ ਲਾਈਵ ਸ਼ੋਅ ਵੀ ਕਰਵਾਓ ਤੇ ਮੈਂ ਇਹਨਾਂ ਨੂੰ ਉੱਥੇ ਨਕੋਦਰ ਗਵਾਉਣਾ ਆ, ਤੇ ਭਾਈ ਜੀ ਨੇ ਸਾਨੂੰ ਨਕੋਦਰ ਗਵਾਇਆ ਸੀ ਬਾਪੂ ਲਾਲ। ਉਮਰ ਤੁਹਾਡੀ 14-15 ਸਾਲ ਦੀ ਆ, 23 ਜ਼ਿਲ੍ਹੇ ਪੰਜਾਬ ਦੇ ਵਿੱਚ, ਮੈਂ ਕਿਹਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਟੇਜ ਤਾਂ ਸਾਂਝੀ ਕਰ ਚੁੱਕੇ ਹੋਵੋਗੇ। ਹਾਂਜੀ ਕਰ ਚੁੱਕੇ ਆ। ਘਰ ਦੇ ਹਾਲਾਤ ਬਹੁਤ ਮਾੜੇ ਸੀਗੇ ਉਸ ਵਕਤ,
ਅੱਜ ਆਪਣੇ ਪੈਰਾਂ ਤੇ ਘਰ ਖੜਾ ਕਰ ਲਿਆ ਵਾ, ਕਿਸ ਤਰ੍ਹਾਂ ਦੇ ਹਾਲਾਤ ਸੀ ਉਦੋਂ, ਕਿਸ ਤਰ੍ਹਾਂ ਮਨ ਚ ਹੁੰਦਾ ਸੀ ਅੱਜ ਘਰ ਨੂੰ ਬਦਲਣਾ ਸੀ ਪੂਰਾ? ਉਸ ਵੇਲੇ ਤਾਂ ਰੋਟੀ ਖਾਣ ਦੇ ਸੰਦੇ ਸੀਗੇ, ਪਰ ਹੁਣ ਜਦੋਂ ਇੰਟਰਵਿਊਜ਼ ਹੋਈਆਂ ਤੇ ਉਸ ਤੋਂ ਹਾਂਜੀ ਸਟੇਜਾਂ ਲੱਗੀਆਂ, ਸਟੇਜਾਂ ਪਹਿਲਾਂ ਵੀ ਲੱਗਦੀਆਂ ਸੀ, ਲੋਕਡਾਊਨ ਚ ਹਾਲਤ ਸਭ ਦੀ ਖਰਾਬ ਹੋ ਗਈ, ਜੋ ਬੈਲੈਂਸ ਸੀ ਸਾਰਾ ਕੁਛ ਉੱਡ ਗਿਆ, ਤੇ ਇੱਟਾਂ ਸੀਗੀਆਂ ਅੱਧੇ ਇਹਦੇ ਤੇ ਖਰਚਾ ਹੋ ਗਿਆ ਸਾਡਾ, ਹੈਨਾ, ਪੀਜੀਆਈ ਦੇ ਵਿੱਚ ਐਡਮਿਟ ਸੀਗੀ ਇਹ, ਤੇ ਉਸ ਟਾਈਮ ਵੀ ਫਿਰੋਜ਼ ਖਾਨ ਭਾਜੀ ਨੇ ਸਾਥ ਦਿੱਤਾ, ਸੰਗੀਤ ਪਰਿਵਾਰ ਵੈਲਫੇਅਰ ਸੋਸਾਇਟੀ ਲੁਧਿਆਣਾ ਦੇ ਜਿੰਨੇ ਵੀ ਸਿੰਗਰ ਨੇ ਸਾਰਿਆਂ ਨੇ ਉਸ ਟਾਈਮ ਸਾਥ ਦਿੱਤਾ। ਉਸ ਵਕਤ ਲੱਗਦਾ ਸੀ ਜਦੋਂ ਇਹ ਬਿਮਾਰ ਹੋ ਗਈ, ਇਹਦੇ ਗਲੇ 'ਚ ਪ੍ਰੋਬਲਮ ਆ ਗਈ, ਉਦੋਂ ਤੁਹਾਨੂੰ ਲੱਗਦਾ ਸੀ ਕਿ ਮੈਂ ਇਕੱਲੀ ਰਹਿ ਗਈ ਆ? ਹਾਂਜੀ, ਮੈਨੂੰ ਇਕੱਲੀ ਨੂੰ ਕਾਫੀ ਲਾਈਵ ਸ਼ੋਅ ਵੀ ਕਰਨੇ ਪਏ ਸੀਗੇ, ਤੇ ਅਸੀਂ ਇਹਨੂੰ ਕਹੀਦਾ ਸੀ ਤੂੰ ਰੈਸਟ ਕਰ ਲੈ ਬਸ, ਇੰਨਾ ਹੀ ਬਹੁਤ। ਅੱਛਾ, ਇੱਕ ਪਿਤਾ ਜੀ ਦੀ ਗੱਲ ਆ, ਉਹ ਸਾਂਝੀ ਕਰ ਦੋ ਸਾਡੇ ਨਾਲ। ਜਦੋਂ ਮੈਂ ਘਰ 'ਚ ਆਇਆ ਸੀ ਗੱਲ ਤੁਸੀਂ ਕਰਦੇ ਪਏ ਸੀਗੇ, ਪਿਤਾ ਜੀ ਦਾ ਆਟੋ ਵਿਕਵਾਤਾ ਤੁਸੀਂ ਕਿ ਪਿਤਾ ਜੀ ਨੂੰ ਆਟੋ ਨਹੀਂ ਚਲਾਉਣ ਦੇਣਾ, ਉਹ ਕੀ ਗੱਲਬਾਤ ਹੋਈ ਸੀ? ਉਹ ਆਟੋ ਨਹੀਂ, ਜਦੋਂ ਲੋਕਡਾਊਨ ਹੋਇਆ ਸੀਗਾ ਤੇ ਪਾਪਾ ਨੇ ਆਟੋ ਲੈ ਲਿਆ, ਸਿੰਗਰਾਂ ਦਾ ਕੰਮ ਬੰਦ ਹੋ ਗਿਆ ਸੀਗਾ, ਲਾਈਵ ਸ਼ੋਅ ਬੰਦ ਹੋ ਗਏ ਸੀ, ਤੇ ਜਦੋਂ ਪਾਪਾ ਨੇ ਆਟੋ ਲੈ ਲਿਆ, ਤੇ ਜਦੋਂ ਪਾਪਾ ਨੇ ਘਰੇ ਆਉਣਾ ਨਾ, ਪਾਪਾ ਦੀ ਪਹਿਲਾਂ ਬੈਕ 'ਚ ਵੈਸੇ ਵੀ ਦਰਦ ਹੁੰਦਾ ਹੁੰਦਾ ਸੀ, ਤੇ ਅਸੀਂ ਪਾਪਾ ਨੂੰ ਕਿਹਾ ਕਿ ਤੁਸੀਂ ਆਟੋ ਨਾ ਚਲਾਇਆ ਕਰੋ, ਫਿਰ ਆਟੋ ਵੀ ਕਵਾ ਦਿੱਤਾ, ਆਟੋ ਵੀ ਕਵਾ ਦਿੱਤਾ। ਉਦੋਂ ਕਹਿੰਦੇ ਪਾਪਾ ਰੋਈ ਬੜਾ ਸੀ। ਹਾਂਜੀ, ਪਾਪਾ ਕਹਿੰਦੇ ਸੀ ਕਿ ਨਹੀਂ ਰੋਟੀ ਨਾ ਕਿੱਥੋਂ ਖਾਣੀ ਹੈ, ਫਿਰ ਵੀ ਅਸੀਂ ਕਿਹਾ ਨਹੀਂ ਤੁਸੀਂ ਵੇਚ ਦਿਓ। ਉਦੋਂ ਮਾਣ ਮਹਿਸੂਸ ਹੋਇਆ ਪਾਪਾ ਨੂੰ ਆਪਣੀ ਧੀਆਂ ਤੇ। ਹਾਂਜੀ। ਘਰ ਹੁਣ ਠੀਕ ਠਾਕ ਚੱਲਦਾ, ਕਰਦਾ ਕੁਛ ਸਰਕਾਰ ਤੋਂ ਕੁਛ ਮਦਦ ਜਾਂ ਕੁਛ ਏਦਾਂ? ਨਹੀਂ, ਸਰਕਾਰ ਦੀ ਸਾਰੀ ਮਦਦ ਹੀ ਹੈ, ਉਹਨਾਂ ਦੀ ਧੰਨਵਾਦ ਆ ਸਰਕਾਰਾਂ ਦਾ ਵੀ, ਤੇ ਧੰਨਵਾਦ ਉਹਨਾਂ ਦਾ ਜਿਹੜੇ ਇੰਟਰਵਿਊ ਨੂੰ ਦੇਖਦੇ ਨੇ, ਸੁਣਦੇ ਨੇ, ਸਾਨੂੰ ਸੁਣਦੇ ਨੇ, ਪਿਆਰ ਦਿੰਦੇ ਨੇ, ਧੰਨਵਾਦ ਆ ਉਹਨਾਂ ਦਾ। ਅੱਛਾ, ਹਰਮਨ ਜਰਮਨ ਦੀ ਜੋੜੀ, ਆਪਾਂ ਦੋ ਕੁ ਗੱਲਾਂ ਹੋਰ ਕਰਾਂਗੇ। ਹਰਮਨ ਜਰਮਨ ਦੀ ਜੋੜੀ ਫੇਮਸ ਤਾਂ ਹੋ ਚੁੱਕੀ ਬਹੁਤ ਜ਼ਿਆਦਾ, ਕੀ ਮੈਸੇਜ ਦੇਣਾ ਚਾਹੁੰਦੀ ਹੋ ਧੀਆਂ ਜਿਹੜੀਆਂ ਪੰਜਾਬ ਦੀਆਂ, ਜਿਹੜੀ ਛੋਟੀਆਂ ਧੀਆਂ ਨੇ, ਤੁਸੀਂ ਛੋਟੀਆਂ ਬੱਚੀਆਂ ਹੋ, 14-15 ਸਾਲ ਦੀ ਉਮਰ ਆ, 4 ਸਾਲ 'ਚ ਇਹ ਗਾਣਾ ਸ਼ੁਰੂ ਕੀਤਾ, ਉਹਨਾਂ ਧੀਆਂ ਵਾਸਤੇ ਕੀ ਮੈਸੇਜ ਆ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ ਜਾਂ ਕੁਛ ਨਹੀਂ ਕਰ ਪਾਉਂਦੀ, ਉਹਨਾਂ ਵਾਸਤੇ ਕੀ ਮੈਸੇਜ ਆ? ਇਹੀ ਮੈਸੇਜ ਹੈ, ਕਿਉਂਕਿ ਧੀਆਂ ਨੂੰ ਅੱਗੇ ਨਹੀਂ ਆਣ ਦਿੱਤਾ ਜਾਂਦਾ, ਪਹਿਲਾਂ ਤਾਂ ਉਹਨਾਂ ਦੇ ਮੰਮਾ ਪਾਪਾ ਨੂੰ ਇਹ ਮੈਸੇਜ ਹੈ ਕਿ ਉਹਨਾਂ ਦੀ ਜਿਹੜੀ ਵੀ ਫੀਲਡ 'ਚ ਜਾਣਾ ਚਾਹੁੰਦੀਆਂ ਉਸ ਫੀਲਡ 'ਚ ਭੇਜੋ, ਅਤੇ ਧੀਆਂ ਨੂੰ ਵੀ ਇਹੀ ਹੈ ਕਿ ਜਿੱਦਾਂ ਤੁਸੀਂ ਬਣਨਾ ਚਾਹੁੰਦੇ ਹੋ ਉੱਦਾਂ ਬਣੋ, ਆਪਣਾ ਨਾਮ ਰੋਸ਼ਨ ਕਰੋ, ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ, ਆਪਣੇ ਮਾਂ ਪਿਓ ਦਾ ਨਾਮ ਰੋਸ਼ਨ। ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ, ਪਹਿਲੀ ਵਾਰੀ ਸਾਡੇ ਨਾਲ ਗੱਲਬਾਤ ਕਰਨ ਲੱਗੇ ਨੇ, ਕਿਉਂਕਿ ਪਿਤਾ ਜੀ ਅਕਸਰ ਰੋਣ ਲੱਗ ਜਾਂਦੇ ਨੇ ਕੈਮਰਾ ਦੇਖ ਕੇ ਹੀ। ਪਿਤਾ ਜੀ ਬੜਾ ਮਾਣ ਮਹਿਸੂਸ ਹੋ ਰਿਹਾ ਹੋਣਾ ਕਿ ਧੀਆਂ ਅੱਜ ਇਸ ਮੁਕਾਮ ਤੇ ਪਹੁੰਚ ਗਈਆਂ। ਜਦੋਂ ਧੀਆਂ ਹੋਈਆਂ ਸੀ, 5 ਧੀਆਂ ਨੇ ਅੱਜ ਤੁਹਾਡੀਆਂ, ਜਦੋਂ ਪਹਿਲੀ ਧੀ ਹੋਈ ਸੀ ਉਦੋਂ ਕੀ ਸੋਚਿਆ ਸੀਗਾ? ਬਹੁਤ, ਜਦੋਂ ਇਹ ਪਹਿਲੀ ਹੋਈ ਤਾਂ ਮੰਗ ਕੇ ਲਈ ਮਹਾਰਾਜ ਨੂੰ, ਕਿਹਾ ਸਾਡੇ ਪਿਤਾ ਜੀ ਮਾਲਪੁਰ ਬਾਪੂ ਗੰਗਾ ਦਾਸ ਮਹਾਰਾਜ, ਉਹਨਾਂ ਦੇ ਦਰਬਾਰ ਤੋਂ ਮੰਗ ਕੇ ਲਈ। ਬੇਦਾ ਕਰਕੇ ਅਸੀਂ ਇੱਥੋਂ ਲੁਧਿਆਣੇ ਤੋਂ ਆਫਿਸ ਉੱਥੇ ਖੋਲਿਆ ਹੋਇਆ ਸੀਗਾ ਮਾਲਪੁਰ ਦੇ ਵਿੱਚ, ਅਤੇ ਜਦੋਂ ਮੇਰੀ ਇਹ ਗੁੜੀਆ ਵੱਡੀ ਹੋਈ ਸੀ, ਬਹੁਤ ਲਾਡ ਚਾਅ ਕੀਤੇ ਬਹੁਤ ਜ਼ਿਆਦਾ, ਵੀ ਜਿੱਥੇ ਤੱਕ ਮੇਰੀ ਮੰਮੀ ਨੇ ਵੀ ਕਹਿਤਾ ਸੀਗਾ ਵੀ ਤੂੰ ਲੱਡੂ ਵੰਡਦਾ ਫਿਰਦਾ, ਲੱਡੂ ਤਾਂ ਕੁੜੀਆਂ ਦੇ ਨਹੀਂ ਵੰਡੇ ਜਾਂਦੇ, ਮੁੰਡਿਆਂ ਦੇ ਵੰਡੇ ਜਾਂਦੇ। ਮੈਂ ਕਿਹਾ ਮੇਰਾ ਮੁੰਡਾ ਹੀ ਆ। ਅਸੀਂ ਲੋਹੜੀ ਪਾਈ, ਬਕਾਇਦਾ ਜਿਹੜੇ ਮਹੰਤ ਲੋਕ ਹੁੰਦੇ ਉਹਨਾਂ ਨੂੰ ਘਰ 'ਚ ਬੁਲਾਇਆ, ਉਹ ਕਹਿੰਦੇ ਵੀ ਤੁਹਾਡੇ ਤਾਂ ਕੁੜੀ ਅਸੀਂ, ਨਹੀਂ ਅਸੀਂ ਫੇਰ ਵੀ ਤੁਹਾਨੂੰ ਬੁਲਾਉਣਾ ਚਾਹੁੰਦੇ ਹਾਂ, ਜੋ ਸ਼ਗਨ ਵਿਹਾਰ ਇਹਦੇ ਬਹੁਤ ਕੀਤੇ। ਉਸ ਤੋਂ ਬਾਅਦ ਫਿਰ ਇਹਦਾ ਬਹੁਤ ਚਾਅ ਹੋਇਆ, ਅਤੇ ਇਹਦਾ ਵੀ ਨਹੀਂ, ਜਿੱਦਾਂ ਜਿੱਦਾਂ ਆਉਂਦੀਆਂ ਗਈਆਂ, ਚਲੋ ਲੇਡੀਜ਼ ਨੂੰ ਲੇਡੀਜ਼ ਕਹਿ ਦਿੰਦੀ ਆ ਵੀ ਨਹੀਂ ਨਹੀਂ ਕੁੜੀਆਂ ਹੋ ਗਈਆਂ, ਮੁੰਡੇ ਪਰ ਇੱਕ ਮੁੰਡਾ ਚਾਹੀਦਾ, ਇੱਕ ਮੁੰਡਾ ਚਾਹੀਦਾ, ਕਹਿ ਦਿੰਦੇ ਗਊਆਂ ਦਾ ਇੱਕ ਪਾਲਣਹਾਰਾ ਚਾਹੀਦਾ, ਇੱਕ ਤਾਂ ਹੋਣਾ ਚਾਹੀਦਾ। ਅਤੇ ਮੈਂ ਇਹਨੂੰ ਇਹੀ ਕਹਿੰਦਾ ਹੁੰਦਾ ਸੀਗਾ, ਨਹੀਂ ਇਹਨਾਂ ਵਾਸਤੇ ਮੈਂ ਹੈਗਾ, ਇਹਨਾਂ ਦਾ ਭਰਾ ਵੀ ਮੈਂ, ਇਹਨਾਂ ਦਾ ਦੋਸਤ ਵੀ ਮੈਂ, ਪਿਓ ਵੀ ਮੈਂ ਆ, ਪਰ ਇਹਨਾਂ ਨੂੰ ਮੈਂ ਕਦੀ ਅੱਜ ਤੱਕ ਕਮੀ ਨਹੀਂ ਕਿਸੇ ਚੀਜ਼ ਵੱਲੋਂ ਨਹੀਂ ਹੋਣ ਦਿੱਤੀ। ਜੇ ਆਟੋ ਵੀ ਚਲਾਉਂਦਾ ਸੀ, ਇੱਕ ਦਿਨ ਮੇਰੇ ਨਾਲ ਬੈਠ ਗਈਆਂ ਸੀਗੀਆਂ ਆਟੋ ਦੇ ਵਿੱਚ, ਇਹਨਾਂ ਨੇ ਕਿਸੇ ਬੰਦੇ ਨੂੰ ਸੁਣ ਲਿਆ ਗਲਤ ਬੋਲਦੇ, ਇਹ ਕਹਿੰਦੀ ਪਾਪਾ ਨਹੀਂ ਇਹ ਕੰਮ ਨਹੀਂ ਚਲਾਉਣਾ ਕਰਨਾ ਨੀਗਾ, ਇਹ ਅੱਜ ਦੱਸ ਨਹੀਂ ਰਹੀਆਂ, ਕਿਉਂਕਿ ਉਹ ਗੱਲ ਨੂੰ ਸੁਣ ਕੇ ਕੋਈ ਹੋਰ ਬੰਦਾ ਗਲਤ ਲੈ ਜਾਂਦਾ ਨਾ, ਗਲਤ ਕਮੈਂਟਸ ਆਉਣ ਲੱਗ ਪਾਉਂਦੇ ਆ। ਕੰਮ ਤਾਂ ਅਸੀਂ ਸ਼ੁਰੂ ਤੋਂ ਕਰਦੇ ਆ, ਮੈਂ ਪਹਿਲਾਂ ਸਾਊਂਡ ਦਾ ਕੰਮ ਕਰਦਾ ਸੀਗਾ, ਪਹਿਲਾਂ ਇੰਸਟਰੂਮੈਂਟ ਵਜਾਉਂਦਾ ਸੀ, ਉਸ ਤੋਂ ਪਹਿਲਾਂ ਜਾਗਰਣ ਦੇ ਵਿੱਚ ਝਾਕੀਆਂ ਕਰਦਾ ਰਿਹਾ ਜੀ, ਮੈਂ ਕਾਫੀ ਕਲਾਕਾਰਾਂ ਨਾਲ ਕੰਮ ਕੀਤਾ ਆ, ਇਹਨੇ ਵੀ ਕੰਮ ਨਹੀਂ ਕੀਤਾ, ਕੰਮ ਸਾਰਿਆਂ ਨਾਲ ਕਰਦੇ ਰਹੇ ਹੁਣ ਵੀ, ਪਰ ਇਹਨਾਂ ਨੂੰ ਪਾਲਣ ਦੇ ਲਈ, ਫਿਰ ਇਹਨਾਂ ਵੱਲ ਧਿਆਨ ਦੇਣ ਲਈ ਮੈਂ ਡਿਊਟੀ 'ਤੇ ਨਹੀਂ ਜਾ ਸਕਦਾ ਕਿਤੇ ਵੀ, ਮੈਂ ਹੌਜ਼ਰੀ 'ਚ ਵੀ ਲੱਗ ਸਕਦਾ, ਪਰ ਇਹਨਾਂ ਨੂੰ ਕੌਣ ਦੇਖੂਗਾ, ਨਾ ਸਕੂਲੋਂ ਲੈ ਕੇ ਵੀ ਆਉਣਾ, ਛੱਡ ਕੇ ਵੀ ਆਉਣਾ, ਸਕੂਲ ਵੀ ਦੂਰ ਆ ਥੋੜ੍ਹੇ, ਛੋਟੇ ਛੋਟੇ ਬੱਚੇ ਆ, ਫਿਰ ਇਹਨਾਂ ਦੀ ਫੀਲਡ ਨੂੰ ਗਾਂਹ ਵਧਾਉਣ ਲਈ ਇਹਨਾਂ ਨੂੰ ਗਾਈਡ ਵੀ ਕਰਨਾ ਪੈਂਦਾ, ਹਰੇਕ ਚੀਜ਼ ਇਹਨਾਂ ਦੇ ਮਗਰ ਹੀ ਲੱਗਣਾ ਪੈਣਾ ਨਾ। ਪੁੱਤ ਹੁੰਦਾ ਤਾਂ ਉਹ ਨਾ ਕਰਦਾ ਪੂਰਾ, ਅੱਜ ਇਹ ਧੀਆਂ ਕਰ ਰਹੀਆਂ ਨੇ, ਇਹਨਾਂ ਨੇ ਬਹੁਤ ਪੁੱਤਾਂ ਨਾਲ ਵੀ ਵੱਧ ਕੇ ਜੀ,
जो इदा की गल आती ना, मैनू इन्ना माण महसूस हों कोई गमी तो नहीं है, खुशी च भी मेरे बच्चे अज मैं कि प्लेटफॉर्म से खड़ा था। देखो मेरे घर पुत होंगे तो शायद मैं कहीं ठाने टूने बिठा लिया होंगे, अज इन्होंने इन्ने वधिया प्लेटफॉर्म। पिता जी ने भावुक हो रहे ने, माता जी ने गलबात कर लें। माता जी मान बड़ा महसूस होंदा होना, मां नूं कहिंदे कि मां बड़ा गुणगुणांदी सी जदों बच्चियां कोल बहिंदियां सीगियां, अज वड्डी स्टेजां ते गुणगुणाउण लग गईआं। जी बहुत वधिया लगदा जी, हांजी हर कोई बच्चा इदे अगे वधे। किस तरह मन चांदा लगदा कि बच्चियां वड्डियां स्टेजां ते जांदियां ने, किस तरह मान महसूस करदे हो तुसीं? बहुत वधिया। ਗੱਲ ਮੈਂ ਪਿਤਾ ਜੀ ਨਾਲ ਕਰ ਰਹੀ ਉਦੋਂ ਕਹਿੰਦੇ ਪੁੱਤ ਨਹੀਂ ਚਾਹੀਦਾ, ਤੁਸੀਂ ਪਿੱਛੇ ਬੋਲਦੇ ਪੁੱਤ ਨਹੀਂ ਚਾਹੀਦਾ ਹੁਣ ਸਾਨੂੰ। ਹਾਂਜੀ ਸਾਡੇ ਪੁੱਤ ਹੀ ਆ, ਪੁੱਤ ਨਹੀਂ ਚਾਹੀਦਾ। ਪੁੱਤ ਕਿਹੜਾ ਪੁੱਛਦੇ ਨੇ ਮਾਂ ਬਾਪ ਨੂੰ, ਪੁੱਤ ਬਣਾਏ ਵੀ ਬਹੁਤ ਆ ਬਣਦੇ ਵੀ ਨਹੀਂ, ਤੇ ਜਿਹੜਾ ਆਪਣਾ ਤੇ ਉਹ ਤੇ ਕੀ ਬਣਨਾ ਉਹਨੇ, ਇਸ ਕਰਕੇ ਇਹੀ ਸਾਡੀਆਂ ਧੀਆਂ ਹੀ ਪੁੱਤ। ਹਾਂਜੀ ਪੁੱਤ ਬਣਾਏ ਬਹੁਤ ਬਹੁਤ ਬਣਾਏ, ਨਹੀਂ ਬਣਿਆ ਕੁਛ ਨਹੀਂ ਬਣਦਾ, ਇਸ ਕਰਕੇ ਹੁਣ ਇਹਨਾਂ ਤੇ ਆਸ ਆ ਬਸ, ਇਹੀ ਪੁੱਤ ਆ ਇਹੀ। ਖੁਸ਼ੀ ਹੁੰਦੀ ਮਨ ਚ ਬਹੁਤ ਵੱਡੀ? ਬਹੁਤ ਜ਼ਿਆਦਾ ਖੁਸ਼ ਹਾਂ ਜੀ, ਅਸੀਂ ਸਾਡੀ ਫੈਮਿਲੀ ਵਧੀਆ, ਅਸੀਂ ਆਪਣੇ ਘਰੇ ਖੁਸ਼। ਸੋ ਬਿਲਕੁਲ ਸਮਾਪਤੀ ਕਰਾਂਗੇ ਇੱਕ ਗੀਤ ਇਹਨਾਂ ਦੇ, ਇੱਕ ਹੋਰ ਹੈਗਾ ਹਰਮਨ ਤੇ ਜਰਮਨ ਦਾ, ਮਾਂ ਪਿਓ ਨਹੀਂ ਹੁੰਦੇ ਜਿੰਨਾਂ ਦੇ, ਉਹ ਆਪਾਂ ਸੁਣ ਲੈਂਦੇ ਇੱਕ ਵਾਰੀ ਤਾਂ ਉਸ ਤੋਂ ਬਾਅਦ ਅਸੀਂ ਸਮਾਪਤੀ ਕਰਾਂਗੇ। ਹਰਮਨ ਇੱਕ ਗੀਤ ਹੈਗਾ ਮਾਂ ਪਿਓ ਨਹੀਂ ਜਿੰਨਾਂ ਦੇ ਹੁੰਦੇ, ਉਹ ਆਪਾਂ ਸੁਣਾਂਗੇ। ਤੁਹਾਡਾ ਹੀ ਲਿਖਿਆ ਗੀਤ ਉਹ ਵੀ? ਹਾਂਜੀ ਪਾਪਾ ਦਾ ਲਿਖਿਆ ਹੋਇਆ। ਅੱਛਾ ਉਹ ਪਾਪਾ ਦਾ ਲਿਖਿਆ ਗੀਤ? ਹਾਂਜੀ ਪਾਪਾ ਨੇ ਲਿਖਵਾਇਆ ਹੋਇਆ ਵਾ। ਹਾਂਜੀ ਕਿਉਂਕਿ ਮੇਰੇ ਪਾਪਾ ਦੇ ਨਾ ਮੇਰੇ ਦਾਦੀ ਦਾਦਾ ਨਾ ਮੇਰੇ ਨਾਨੀ ਨਾਨਾ ਨਾ ਮੇਰੀ ਬੂਆ ਨਾ ਮੇਰੇ ਤਾਇਆ ਜੀ ਕੋਈ ਵੀ ਨਹੀਂ ਰਿਹਾ, ਸਿਰਫ ਪਾਪਾ ਹੀ ਆ। ਤੇ ਆਓ ਇੱਕ ਵਾਰੀ ਸੁਣਾ ਦੋ ਗੀਤ, ਆਪਾਂ ਫਿਰ ਸਮਾਪਤੀ ਕਰਾਂਗੇ। ਮਾਪੇ ਮਰ ਗਏ ਜਿਨਾ ਦੇ, 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 ਚਾਚੇ ਤਾਇਆ ਦੀਆ ਚਿੜਕਾ ਤੇਰੀ ਦੁਨੀਆ ਬੜੀ ਬੇਦਰਦੀ ਦੁਨੀਆ, ਹਾਏ ਰੱਬਾ ਤੇਰੀ ਦੁਨੀਆ ਬੜੀ ਬੇਦਰਦੀ ਦੁਨੀਆ, ਜਦੋਂ ਮਾਪਿਆਂ ਦੀ ਚਿਤਾ ਨੂੰ ਹੈ ਅੱਗ ਲੱਗ ਜਾਣੀ, ਉਦੋਂ ਖੁਸ਼ੀਆਂ ਦੀ ਕੋਠੀ ਕਿਸੇ ਲੁੱਟ ਕੇ ਲਜਾਣੀ, ਉਦੋਂ ਖੁਸ਼ੀਆਂ ਦੀ ਕੋਠੀ ਕਿਸੇ ਲੁੱਟ ਕੇ ਲਜਾਣੀ, ਸਾਰੇ ਯਾਰ ਦੋਸਤ ਵੀਰ ਜਿੱਥੇ ਮਰਜੀ ਸ਼ਰੀਕ, ਜਿੱਥੇ ਮਰਜੀ ਸ਼ਰੀਕ ਸਾਨੂੰ ਲੈ ਜਾਣਗੇ, ਮਾਪੇ ਮਰ ਗਏ ਜਿਨਾ ਦੇ, ਮਾਪੇ ਮਰ ਗਏ ਜਿਨਾ ਦੇ। ਬਹੁਤ ਸੋਹਣਾ ਗਾਉਂਦੀ ਆ ਹਰਮਨ ਜਰਮਨ। ਹਰਮਨ ਜਰਮਨ ਇੱਕ ਸੱਚੀ ਗੱਲ ਕਹਾਂ, ਅੱਜ ਭਾਵੁਕ ਮੈਂ ਵੀ ਹੋ ਗਿਆ ਸੀਗਾ। ਅੱਛਾ ਜੀ, ਤੇ ਸਾਡੇ ਉਸਤਾਦ ਜੀ ਕਰਨ ਕੌਸ਼ਲ ਜੀ ਉਹਨਾਂ ਕੋਲ ਹੀ ਸਿੱਖਿਆ ਤੇ ਉਹਨਾਂ ਦੀ ਬਦੌਲਤ ਇੰਨਾ ਬਹੁਤ ਗਾਲੀ ਦਾ ਧੰਨਵਾਦ ਉਹਨਾਂ ਦਾ ਵੀ ਵਿੱਚ ਕਰ ਦਈਏ। ਉਸਤਾਦ ਜੀ ਆਂਦੇ ਮਿਲਦੇ ਉਸਤਾਦ ਜੀ ਨੂੰ? ਹਾਂਜੀ। ਉਹ ਕੀ ਕਰਦੇ ਨੇ? ਉਹਨਾਂ ਦਾ ਕਿਉਂਕਿ ਉਹਨਾਂ ਨੇ ਤੁਹਾਨੂੰ ਸਟੈਂਡ ਕਰਤਾ ਅੱਜ ਇੱਥੇ ਤੱਕ ਲਿਆਂਦਾ, ਉਹ ਕੀ ਕਰਦੇ ਨੇ? ਉਹ ਵੀ ਸਿੰਗਿੰਗ ਹੀ ਕਰਦੇ ਨੇ ਉਸਤਾਦ ਜੀ, ਤੇ ਉਹ ਵਰਿੰਦਾਵਨ ਰਹਿੰਦੇ ਨੇ ਅਕਸਰ, ਪੂਰਨਿਮਾ ਸ਼੍ਰੀ ਯਾਦਵ ਜੀ ਕ੍ਰਿਸ਼ਨ ਭਜਨ ਗਾਉਂਦੇ ਨੇ, ਉਹਨਾਂ ਦੇ ਨਾਲ ਹੀ ਹੁੰਦੇ ਨੇ। ਅੱਛਾ, ਉਹਨਾਂ ਦੇ ਨਾਲ ਹੀ ਹੁੰਦੇ ਨੇ। ਕਦੀ ਮਿਲੇ ਉਹਨਾਂ ਨੂੰ ਜਾ ਕੇ ਪੂਰਨਿਮਾ ਜੀ ਨੂੰ? ਹਲੇ ਪੂਰਨਿਮਾ ਜੀ ਨੂੰ ਨੀ ਮਿਲੇ, ਉਦਾਂ ਤਾਊ ਜੀ ਘਰੇ ਆਉਂਦੇ ਹੁੰਦੇ ਨੇ ਉਸਤਾਦ ਜੀ, ਜਦੋਂ ਆਉਂਦੇ ਨੇ ਦੱਸ ਜਾਂਦੇ ਨੇ, ਉਹ ਕਵਰ ਕਰ ਲਈਦਾ, ਫਿਰ ਆ ਕੇ ਉਸਤਾਦ ਜੀ ਕਿੱਦਾਂ ਬਣ ਗਏ? ਉਸਤਾਦ ਜੀ ਕਿੱਦਾਂ ਬਣ ਗਏ? ਆਪਾਂ ਥੋੜੀ ਜਿਹੀ ਵੀ ਸਾਂਝੀ ਕਰ ਲਓ। ਇਹ ਉਸਤਾਦ ਜੀ ਇੱਦਾਂ ਹੀ ਬਣ ਗਏ, ਜਦੋਂ ਤੁਹਾਨੂੰ ਮੈਂ ਦੱਸਿਆ ਕਿ 1.5 ਲੱਖ ਫੀਸ ਮੰਗੀ, ਪਹਿਲਾਂ ਮੇਰੇ ਪਾਪਾ ਦੇ ਉਸਤਾਦ ਜੀ ਵੀ ਉਹੀ ਸੀਗੇ ਤਾਊ ਜੀ, ਤੇ ਅਸੀਂ ਤਾਊ ਜੀ ਉਸਤਾਦ ਜੀ ਬਣ ਗਏ ਸਾਡੇ, ਤੇ ਜਦੋਂ ਉਹਨਾਂ ਨੇ ਆਉਣਾ ਥੋੜਾ ਬਹੁਤ ਦੱਸ ਜਾਣਾ ਚਲੇ ਜਾਣਾ, ਫਿਰ ਜਦੋਂ ਲੋਕਡਾਊਨ ਹੋਇਆ ਸਾਰੇ ਘਰੋਂ ਘਰ ਆ ਗਏ, ਫਿਰ ਰੈਗੂਲਰ ਪ੍ਰੈਕਟਿਸ ਚਲੇ ਗਈ। ਹਰਮਨ ਤੇ ਜਰਮਨ ਲੁਧਿਆਣਾ ਦੇ ਰਹਿਣ ਵਾਲੀਆਂ ਨੇ, ਹਰਮਨ ਤੇ ਜਰਮਨ। ਸੋ ਇਹਨਾਂ ਨੇ ਆਪਣੇ ਪੈਰਾਂ ਤੇ ਸਟੈਂਡ ਜਿਹੜਾ ਖੁਦ ਕੀਤਾ ਵਾ, ਉਸ ਤੋਂ ਬਾਅਦ ਆਪਣਾ ਇੱਕ ਘਰ ਬਣਾਇਆ, ਕੱਚੇ ਘਰ ਚ ਰਹਿੰਦੀਆਂ ਸੀਗੀਆਂ ਲੋਕਡਾਊਨ ਦੇ ਵਿੱਚ, ਜਿੱਥੇ ਕਲਾਕਾਰਾਂ ਨੂੰ ਨੁਕਸਾਨ ਹੋਇਆ ਤੇ ਇਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ। ਪਿਤਾ ਜੀ ਨੇ ਆਟੋ ਪਾਇਆ, ਸੋ ਕਹਾਣੀ ਦੱਸਦੇ ਨੇ ਕਿ ਇੱਕ ਆਟੋ ਪਾ ਲਿਆ, ਪਰ ਆਟੋ ਦੇ ਵਿੱਚ ਕਿਸੇ ਨੇ ਕੋਈ ਗਲਤ ਸ਼ਬਦ ਕਹਿ ਤੇ, ਉਸ ਵਕਤ ਧੀਆਂ ਨਾਲ ਸੀਗੀਆਂ ਤਾਂ
पिता जी ने कहता कि आटो नहीं चलाना, तो अज पिता जी भी बड़ा माण महसूस करते हैं, माँ ना गलबात की आ, पुत नहीं चाहिए, अगर पुत किसी को बनाया भी तो उसने साथ नहीं दिता, तो अब अपने धियां से इस तरह का माण महसूस करती ने। वधेरे जानकारी दे लई देखते रहो जगमैन टीवी। देश दुनिया की हर वड्डी खबर नाल जुड़े रहने लई साडे यूट्यूब चैनल नू सबसक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ये वीडियो फेसबुक ते देख रहे हो तो इसनू लाइक जरूर करो और ज्यादा तो ज्यादा शेयर भी करो। धन्यवाद।